ਕਾਂਗਰਸ ਪਾਰਟੀ ਵੱਲੋਂ ਮੱਧ ਪ੍ਰਦੇਸ਼ 'ਚ ਕਮਲਨਾਥ ਨੂੰ ਮੁੱਖ ਮੰਤਰੀ ਬਣਾਏ ਜਾਣ ਦਾ ਰੋਸ ਪ੍ਰਗਟ ਕਰਦੇ ਹੋਏ ਯੂਥ ਅਕਾਲੀ ਦਲ ਦੇ ਨੌਜਵਾਨ ਆਗੂ ਗੁਰਦੀਪ ਸਿੰਘ ਗੋਸ਼ਾ ਅਤੇ ਦੰਗਾ ਪੀੜਤ ਵੈਲਫੇਅਰ ਸੁਸਾਇਟੀ ਇਸਤਰੀ ਵਿੰਗ ਦੀ ਪ੍ਰਧਾਨ ਬੀਬੀ ਗੁਰਦੀਪ ਕੌਰ ਦੀ ਅਗਵਾਈ ਵਿੱਚ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਹੁਲ ਗਾਂਧੀ ਦਾ ਪੁਤਲਾ ਫੂਕ ਨਾਅਰੇਬਾਜ਼ੀ ਕੀਤੀ ਗਈ। ਪ੍ਰਦਰਸ਼ਨ ਕਰ ਰਹੇ ਪ੍ਰਦਰਸ਼ਨਕਾਰੀਆਂ ਦਾ ਕਹਿਣਾ ਸੀ ਕਿ ਕਾਂਗਰਸ ਪਾਰਟੀ ਹਮੇਸ਼ਾ ਸਿੱਖ ਵਿਰੋਧੀ ਰਹੀ ਹੈ, ਜਿਸ ਦਾ ਪ੍ਰਤੱਖ ਪ੍ਰਮਾਣ 1984 ਸਿੱਖ ਦੰਗਿਆਂ ਦੇ ਆਰੋਪੀ ਕਮਲਨਾਥ ਨੂੰ ਮੱਧ ਪ੍ਰਦੇਸ਼ ਦਾ ਮੁੱਖ ਮੰਤਰੀ ਬਣਾ ਕੇ ਸਿੱਖਾਂ ਦੇ ਜ਼ਖਮਾਂ ਨੂੰ ਹਰੇ ਕਰਨਾ ਹੈ। ਸ਼ੁਰੂ ਤੋਂ ਲੈ ਕੇ ਅੱਜ ਤੱਕ ਕਾਂਗਰਸ ਨੇ ਭਾਈਚਾਰਕ ਸਾਂਝ ਤੋੜੀ ਹੈ। ਜਿਹੜੇ 1984 ਦੇ ਕਾਤਲ ਸੀ, ਹਮੇਸ਼ਾ ਕਾਂਗਰਸ ਕਹਿੰਦੀ ਹੈ ਵੀ ਅਸੀਂ ਨਹੀਂ ਕੀਤਾ, ਅਸੀਂ ਨਹੀਂ ਕਰਾਇਆ, ਪਰ ਤੁਸੀਂ ਦੇਖੋ ਵੀ ਹਮੇਸ਼ਾ ਜਿਹੜੇ 1984 ਦੇ ਕਾਤਲ ਹੈ, ਕਾਂਗਰਸ ਸਰਕਾਰ ਨੇ ਉਹਨਾਂ ਨੂੰ ਵੱਡੇ ਅਹੁਦੇ ਦੇ ਕੇ ਨਿਵਾਜਿਆ। ਹਮੇਸ਼ਾ ਕਮਲਨਾਥ ਨੂੰ ਸੀਐਮ ਬਣਾ ਕੇ, ਜਿਹੜਾ ਮੱਧ ਪ੍ਰਦੇਸ਼ ਸੀਐਮ ਬਣਿਆ, ਜਿਹਨੇ ਗੁਰਦੁਆਰਾ ਰਕਾਬਗੰਜ ਦੇ ਵਿੱਚ ਵੀ ਅੱਗ ਲਗਾਈ ਸੀ, ਸਿੱਖਾਂ ਨੂੰ ਮਾਰਿਆ ਵੀ ਗਿਆ ਸੀ, ਧੀਆਂ ਭੈਣਾਂ ਦੀ ਇੱਜ਼ਤ ਵੀ ਹੱਥ ਪਾਇਆ ਸੀ, ਉਸ ਬੰਦੇ ਨੂੰ ਸੀਐਮ ਬਣਾ ਕੇ ਕਾਂਗਰਸ ਨੇ ਸਾਬਤ ਕੀਤਾ ਦੋਗਲੀ ਰਾਜਨੀਤੀ, ਇੱਕ ਪਾਸੇ ਮਾਫੀ ਤੇ ਦੂਜੇ ਪਾਸੇ ਉਹਨਾਂ ਨੂੰ ਨਿਵਾਜ ਕੇ ਦੱਸਿਆ ਕਿ ਕਾਂਗਰਸ ਹਮੇਸ਼ਾ ਸਿੱਖਾਂ ਨੂੰ ਮੂੰਹ ਚੜਾਉਂਦੀ ਹੈ, ਇਹ ਹਿੰਦੂ ਸਿੱਖ ਭਾਈਚਾਰਕ ਦੀ ਸਾਂਝ ਤੋੜਦੀ ਹੈ। ਤੇ ਮੈਂ ਅੱਜ ਉਹਨਾਂ ਦੇ ਜਿਹੜੇ ਕਮਲਨਾਥ ਦਾ, ਰਾਹੁਲ ਗਾਂਧੀ ਦਾ, ਸੋਨੀਆ ਗਾਂਧੀ ਦਾ ਪੁਤਲਾ ਸਾੜਿਆ, ਤੇ ਨਾਲ ਨਾਲ ਜਿਹੜੀ ਪ੍ਰਿੰਕਾ ਗਾਂਧੀ ਹੈ, ਜਿਹੜੀ ਹਿਡਨ ਪਿੱਛੇ ਰਹਿ ਕੇ ਕੰਮ ਕਰਦੀ ਹੈ, ਉਹਦੇ ਕਹਿਣ ਤੇ, ਵਾਡਰੇ ਦੇ ਕਹਿਣ ਤੇ ਉਹਨੂੰ ਕਮਲਨਾਥ ਨੂੰ ਬਣਾਇਆ ਗਿਆ, ਕਿਉਂਕਿ ਉਹਨਾਂ ਨੂੰ ਪਤਾ ਕਿ ਇਹ ਸਿੱਖਾਂ ਦੇ ਕਾਤਲ ਹੈ। ਮੈਂ ਸਮਝਦਾ ਕਿ ਕਾਂਗਰਸ ਦੀ ਜਿਹੜੀ ਦੋਹਰੀ ਨੇਤਾ ਅੱਜ ਕਲੀਅਰ ਸਾਰੇ ਦੁਨੀਆ ਦੇ ਵਿੱਚ ਜਾ ਚੁੱਕੀ ਹੈ ਜੀ। ਅੱਜ ਜਿਹੜਾ ਇਹ ਪੁਤਲਾ ਫੂਕਿਆ ਹੈਗਾ ਕਮਲਨਾਥ ਦਾ, ਇਹ 1984 ਦੇ ਸਿੱਖਾਂ ਦਾ ਕਾਤਲ ਹੈਗਾ। ਰਾਹੁਲ ਗਾਂਧੀ ਨੇ ਆਪਣੇ ਆਪ ਨੂੰ ਬਚਾਉਣ ਵਾਸਤੇ, ਆਪਣੇ ਪਰਿਵਾਰ ਨੂੰ ਬਚਾਉਣ ਵਾਸਤੇ ਇਹਨੂੰ ਮੁੱਖ ਮੰਤਰੀ, ਮੱਧ ਪ੍ਰਦੇਸ਼ ਦਾ ਮੁੱਖ ਮੰਤਰੀ ਜਿਹੜਾ ਨਿਯੁਕਤ ਕੀਤਾ। ਇਹਨੇ ਸੈਂਕੜੇ ਸਿੱਖਾਂ ਦੇ ਕਤਲੇਆਮ ਕੀਤੇ ਸਨ ਉਸ ਟਾਈਮ ਰਕਾਬਗੰਜ ਗੁਰਦੁਆਰਾ ਸਾਹਿਬ ਦੇ ਸਾਹਮਣੇ, ਔਰ ਇੱਕ ਕਮਿਸ਼ਨ ਦੇ, ਨੈਨਾਵਤੀ ਕਮਿਸ਼ਨ ਦੇ ਵਿੱਚ ਇਹ ਖੁਦ ਮੰਨਿਆ ਵੀ ਸੀਗਾ ਕਿ ਮੈਂ ਉੱਥੇ ਮੌਜੂਦ ਸੀਗਾ, ਮੇਰੇ ਸਾਹਮਣੇ ਦੋ ਸਿੱਖਾਂ ਨੂੰ ਜਿੰਦਿਆਂ ਜਲਾਇਆ ਗਿਆ ਸੀਗਾ। ਪਰ ਇਹਨੇ ਆਪਣੀ ਇਹ ਨਹੀਂ ਦੱਸੀ ਕਿ ਮੈਂ ਖੁਦ ਭੀੜ ਨੂੰ ਉਕਸਾਇਆ ਔਰ ਖੁਦ ਭੀੜ ਨੂੰ ਭੇਜ ਕੇ ਜਿਹੜਾ ਕਤਲੇਆਮ ਕਰਵਾਏ। ਅਸੀਂ ਇੱਕ ਪੂਰੇ ਪੰਜਾਬ ਦੀ ਮੀਟਿੰਗ ਬੁਲਾ ਕੇ ਇਸ 'ਤੇ ਵਿਚਾਰ ਕਰਾਂਗੇ, ਔਰ ਰਾਹੁਲ ਗਾਂਧੀ ਅਗਰ ਆਪਣੇ ਇਸ ਫੈਸਲੇ ਨੂੰ ਉਹ ਨਹੀਂ ਸੋਚਦਾ ਨਹੀਂ ਹੈਗਾ, ਇਹਨੂੰ ਬਦਲਦਾ ਨਹੀਂ ਹੈਗਾ ਇਸ ਫੈਸਲੇ ਨੂੰ, ਅਸੀਂ ਮੱਧ ਪ੍ਰਦੇਸ਼ ਵੀ ਜਾਵਾਂਗੇ। ਜਦੋਂ ਇਹ ਉੱਥੇ ਕਸਮ ਚੁੱਕੇਗਾ, ਮੁੱਖ ਮੰਤਰੀ ਬਣੇਗਾ, ਅਸੀਂ ਉੱਥੇ ਵੀ ਜਾ ਕੇ ਇਹਦਾ ਵਿਰੋਧ ਕਰਾਂਗੇ ਕਮਲਨਾਥ ਦਾ, ਅਤੇ ਦਿੱਲੀ ਰਾਹੁਲ ਗਾਂਧੀ ਦੀ ਕੋਠੀ ਦਾ ਵੀ ਘੇਰਾਉ ਕਰਾਂਗੇ, ਅਸੀਂ ਸੜਕਾਂ 'ਤੇ ਉਤਰਾਂਗੇ, ਅਸੀਂ ਇਸ ਚੀਜ਼ ਨੂੰ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ। ਲੁਧਿਆਣਾ ਤੋਂ ਗੁਰਮੀਤ ਨਿੱਜਰ ਦੀ ਰਿਪੋਰਟ, ਕੈਮਰਾਮੈਨ ਅਮਨਦੀਪ ਦੇ ਨਾਲ, ਫੋਕਸ .ਪੰਜਾਬੀ, ਯੂਅਰ ਸਿਟੀ, ਯੂਅਰ ਨਿਊਜ਼।